ਵਿੱਚ ਰਿਟਾਇਰਮੈਂਟ ਤੋਂ ਵੀ 10 ਸਾਲ ਪਹਿਲਾਂ ਇਹ ਲੋੜਵੰਦ ਬੱਚਿਆਂ ਦੇ ਨਾਲ ਜੁੜੇ, ਕਿਉਂਕਿ ਮੇਰਾ ਜੀਵਨ ਜਿਹੜਾ ਸੀ ਉਹ ਵੀ ਲੋੜਵੰਦਾਂ ਵਾਲਾ ਸੀ। ਮੇਰੇ ਕੋਲ 9ਵੀਂ ਜਮਾਤ ਵਿੱਚ ਕਿਤਾਬ ਨਹੀਂ ਸੀ ਹੁੰਦੀ, ਇੱਕ ਇੰਗਲਿਸ਼ ਦੀ ਗ੍ਰਾਮਰ ਮੈਨੂੰ ਕਿਸੇ ਮਿਲ ਗਈ, ਮੈਂ ਕਲਾਸ 'ਚ ਫਸਟ ਆ ਗਿਆ। ਤਾਂ ਮੇਰੇ ਅਧਿਆਪਕਾਂ ਨੇ ਮੈਨੂੰ JBT ਕਰਾਈ, ਉਹਨਾਂ ਨੇ ਫਿਰ ਆਪਣੇ ਸਕੂਲ 'ਚ ਮੈਨੂੰ ਟੀਚਰ ਰੱਖ ਲਿਆ। ਉੱਥੇ ਹੀ ਫਿਰ ਮੈਂ ਪੜ੍ਹਦਾ ਰਿਹਾ, ਨਾਲ ਨਾਲ ਤਰੱਕੀ ਕਰਦਾ ਰਿਹਾ। MA ਇੰਗਲਿਸ਼ ਕੀਤੀ, BED ਕੀਤੀ, ਫਿਰ MED ਕੀਤੀ, ਫਿਰ PhD ਕੀਤੀ। ਇੱਕ ਚੀਜ਼ ਧਿਆਨ ਨਾਲ ਸੁਣੋ, ਜਦ ਮੈਂ 5ਵੀਂ ਵਿੱਚ ਪੜ੍ਹਦਾ ਸੀ ਤਦ ਮੈਂ ਬੁਰੀ ਸੰਗਤ 'ਚ ਪੈ ਗਿਆ ਸੀ। ਮਾਤਾ ਵਿਧਵਾ ਸੀ, ਘਰ 'ਚ ਗਰੀਬੀ ਸੀ, ਸਵੇਰੇ ਬਸਤਾ ਚੁੱਕਣਾ, 10 ਵਜੇ ਸਕੂਲ ਲੰਘਦਾ ਸੀ, 4 ਵਜੇ ਘਰ ਆ ਗਿਆ। 8 ਦਿਨ ਮੈਂ ਇਹ ਕੰਮ ਕੀਤਾ। ਇੱਕ ਚੋਰ ਮੁੰਡਾ ਮੈਨੂੰ ਟੱਕਰ ਗਿਆ, ਉਹ ਮੈਨੂੰ ਦਵਾਨੀ ਦਿੰਦਾ ਸੀ ਰੋਜ਼ ਦੀ, ਪਿੱਤਲ ਦੀ ਦਵਾਨੀ ਚੱਲਦੀ ਸੀ। ਮਾਂ ਦਿੰਦੀ ਸੀ 2 ਪੈਸੇ, ਉਹ ਦਿੰਦਾ ਸੀ ਇੱਕ ਦਵਾਨੀ। ਦਵਾਨੀ ਹੋ ਗਈ, ਚੌਗਣਾ ਰੇਟ ਹੋ ਗਿਆ, ਮੇਰੀ ਖਰਚੀ ਚੌਗਣੀ ਬਣ ਗਈ, ਹੈਂ, ਤਨਖਾਹ ਵੱਧ ਗਈ। ਦੇਖੋ ਟੀਚਰ ਵੀ ਧਿਆਨ ਨਾਲ ਸੁਣਨ, ਬੱਚੇ ਵੀ। 8 ਦਿਨ ਸਕੂਲ ਨਹੀਂ ਗਿਆ, ਸ਼ਾਮ ਨੂੰ 8ਵੇਂ ਦਿਨ ਮੇਰੇ ਅਧਿਆਪਕ ਸਾਹਿਬਾਨ ਜਿਹੜੇ ਕਲਾਸ ਇੰਚਾਰਜ ਸਨ, ਪੂਜ ਪੰਡਿਤ ਭਗਵਾਨ ਦਾਸ ਜੀ ਸ਼ਰਮਾ, ਮੇਰੇ ਘਰ ਬੈਠੇ, ਮੰਜੇ 'ਤੇ ਮੇਰੀ ਮਾਂ ਨੇ ਬਿਠਾਇਆ ਗਿਆ ਔਰ ਗੁੜ ਦੀਆਂ ਪਿੰਨੀਆਂ ਰੱਖੀਆਂ ਹੋਇਆ ਸੀ। ਇਹਨਾਂ ਨੂੰ ਮੈਂ ਆ ਗਿਆ ਵਾਰੇ ਗਲਤੀ ਕਰਕੇ, ਉਹਨਾਂ ਨੇ ਮੈਨੂੰ ਵੀ ਜੱਫੀ ਪਾ ਕੇ ਬਿਠਾ ਲਿਆ। ਕੋਈ ਨਹੀਂ ਪੁੱਛਿਆ ਵੀ ਕਿਉਂ ਨਹੀਂ ਆਉਂਦਾ ਸਕੂਲ, ਕਿਸ ਤਰ੍ਹਾਂ ਇੰਨਾ ਉਹਨਾਂ ਦਾ ਜਾਦੂ ਵਾਲਾ ਟੱਚ ਹੋਇਆ ਮੈਨੂੰ, ਜਿਹੜਾ ਹੱਥ ਫੇਰਿਆ ਮੇਰੇ ਸਿਰ 'ਤੇ, ਮੈਂ ਨਹੀਂ ਕਦੇ ਲੇਟ ਗਿਆ, ਨਾ ਐਜ ਸਟੂਡੈਂਟ, ਨਾ ਐਜ ਟੀਚਰ, ਨਾ ਕਦੇ ਪ੍ਰਿੰਸੀਪਲ। ਪ੍ਰਿੰਸੀਪਲ ਹੈੱਡਮਾਸਟਰ ਹੁੰਦੇ ਹੋਏ ਵੀ ਮੈਂ ਸਕੂਲ ਲੱਗਣ ਤੋਂ 1/2 ਘੰਟਾ ਪਹਿਲਾਂ ਹਾਜ਼ਰ ਹੁੰਦਾ ਸੀ। ਮੇਰੇ ਜਾਣ ਨਾਲ ਇਹ ਹੁੰਦਾ ਸੀ ਕਿ ਬੱਚੇ ਟਾਈਮ ਸਿਰ ਭੱਜੇ ਆਉਂਦੇ ਸੀ, ਅਧਿਆਪਕ ਟਾਈਮ ਸਿਰ ਪਹੁੰਚਦੇ ਸੀ। ਜੇ ਮੈਂ ਇੱਕ ਜਣਾ 1/2 ਘੰਟਾ ਪਹਿਲਾਂ ਚਲਾ ਜਾਵਾਂ ਤਾਂ ਸਾਰਾ ਸਟਾਫ ਮੇਰਾ ਸਕੂਲ ਟੋਨ ਅਪ ਹੋ ਜਾਏ ਤਾਂ ਮੈਂ ਬਹੁਤ ਲੱਖ ਖੱਟਿਆ ਵੇ। ਤਾਂ ਬੱਚਿਓ ਤੁਸੀਂ ਪੜ੍ਹਦੇ ਰਹੋ, ਹਿੰਮਤ ਕਰੋ। ਮੈਂ ਜਦੋਂ ਜਦੋਂ ਵੀ ਜਿੱਥੇ ਮੈਂ ਹੁਣ 41 ਸਾਲ ਨੌਕਰੀ ਕਰੀ ਹੈ, 32 ਸਾਲ ਪੰਜਾਬ ਦੀ, 9 ਸਾਲ ਸੈਂਟਰਲ ਸਕੂਲਾਂ ਦੀ, ਮੈਂ ਉੱਥੇ ਹਮੇਸ਼ਾ ਫੇਅਰਵੈਲ ਵਾਲੇ ਦਿਨ ਬੱਚਿਆਂ ਨੂੰ ਜਦੋਂ ਵਿਦਾਈ ਦਿੰਦੇ ਹਾਂ 10ਵੀਂ ਨੂੰ 12ਵੀਂ ਨੂੰ, 5 ਸਾਲ 8ਵੀਂ ਦੇ ਸਕੂਲ ਦਾ ਵੀ ਹੈੱਡਮਾਸਟਰ ਰਿਹਾ, ਆ ਰਜਿੰਦਰਗੜ੍ਹ ਵੀ ਰਿਹਾ ਮੈਂ ਨੇੜੇ, ਓਲੇ ਰਿਹਾ, ਬਦੌਛੀ ਰਿਹਾ, ਸੇਰੇ ਰਿਹਾ, ਇਹ ਇਲਾਕੇ ਇਸ ਤਰ੍ਹਾਂ ਦੇ ਤਹਿਸੀਲ 'ਚ ਹੁੰਦੇ ਸੀ। ਸੋ ਉੱਥੇ ਮੈਂ ਹਮੇਸ਼ਾ ਬੱਚਿਆਂ ਨੂੰ ਇਹੀ ਕਹਿੰਦਾ ਰਿਹਾ ਕਿ ਮਿਹਨਤੀ ਅਤੇ ਇਮਾਨਦਾਰ ਬਣੋ, ਇਹ 2 ਵੱਡੇ ਗੁਣ ਨੇ, ਇਹ ਤੁਹਾਨੂੰ ਤਰੱਕੀ ਦੇ ਰਸਤੇ 'ਤੇ ਲਿਆਉਂਦੇ ਨੇ ਔਰ ਚੰਗੇ ਮਾਰਗ ਤੋਂ ਚੱਲਦੇ ਹਨ, ਡਿੱਗਣ ਨਹੀਂ ਦਿੰਦੇ। ਹੁਣ ਦੇਖੋ ਮੈਂ ਗਰੀਬ ਵਿਧਵਾ ਦਾ ਬੱਚਾ, ਮੈਨੂੰ 4-5 ਵਾਰੀ ਤਾਂ MLA ਔਰ MP ਵਾਸਤੇ ਟਿਕਟ ਦਿੰਦੀ ਸੀ, ਪਾਰਟੀਆਂ ਦਿੰਦੀਆਂ ਸੀ, ਨਹੀਂ ਮੈਂ ਟੀਚਰ ਹਾਂ। ਰਿਟਾਇਰ ਹੋ ਕੇ ਹੁਣ 25ਵਾਂ ਸਾਲ ਹੈ ਵਿਦਿਆਰਥੀ ਕਲਿਆਣ ਪਰਿਸ਼ਦ ਬਣਾਇਆ। ਮੈਂ ਵਿਦਿਆਰਥੀ ਸੀ, ਅਧਿਆਪਕ ਮੇਰੀ ਸਹਾਇਤਾ ਕਰਦੇ ਸੀ, ਮੇਰੇ ਕੋਲ ਸਵੈਟਰ ਨਹੀਂ ਸੀ ਹੁੰਦਾ 10ਵੀਂ ਤਾਈਂ। ਜਦ ਮੈਂ JBT ਕਰਨ ਗਿਆ 1957 'ਚ 56 'ਚ, ਤਾਂ ਮੇਰੇ ਉੱਥੋਂ ਦੇ ਨਾਭੇ ਦੇ ਅਧਿਆਪਕਾਂ ਨੇ, ਉੱਥੇ ਭੈਣਾਂ ਪੜ੍ਹਦੀਆਂ ਸੀ,
ਇੱਕ ਤਾਂ ਇੱਥੇ ਮੈਡਮ ਮਮਤਾ ਨੇ, ਇਹਨਾਂ ਦੀ ਸਿਸਟਰ ਹੁੰਦੀ ਸੀ ਨੰਦੀ ਭੈਣ ਜੀ, ਇਹਨਾਂ ਦੇ ਚਾਚੇ ਦੀ ਲੜਕੀ, ਉਹਨੂੰ 5 ਰੁਪਏ ਦਿੱਤੇ ਵੀ ਇਹਨੂੰ ਵੀਰ ਨੂੰ ਆਪਣੇ ਸਵੈਟਰ ਬਣਾ ਦਿਓ। 5 ਰੁਪਏ ਵਿੱਚ ਸਵੈਟਰ ਵੀ ਬਣ ਗਿਆ, ਦਸਤਾਨੇ ਬਣ ਗਏ। ਹੁਣ ਇਹ ਅਹਿਸਾਨ ਨੇ ਸਮਾਜ ਦੇ ਮੇਰੇ ਉੱਪਰ, ਮੇਰੇ ਅਧਿਆਪਕਾਂ ਦੇ, ਮੇਰੀ ਮਾਤਾ ਦੇ। ਇਹ ਵਿਦਿਆਰਥੀ ਕਲਿਆਣ ਪ੍ਰੀਸ਼ਦ 25 ਸਾਲ ਤੋਂ ਬਣੀ ਹੋਈ ਹੈ, ਅਸੀਂ 21 ਮੈਂਬਰ ਹਾਂ ਉਹਦੇ। 21 ਵਿੱਚ ਸਭ ਤੋਂ ਛੋਟੇ ਸਾਡੇ ਵਿਨੋਦ ਕੁਮਾਰ ਜੀ ਨੇ, ਬਾਕੀ ਸਭ ਸੀਨੀਅਰ ਸਿਟੀਜ਼ਨ ਹੈ। ਬੁੱਢਾ ਦਲ ਹੈ ਸਾਡਾ, ਡਟੇ ਹੋਏ ਹਾਂ। ਕੋਈ ਕਿਤੇ ਜਾਂਦਾ, ਕੋਈ ਕਿਤੇ ਜਾਂਦਾ, ਕੋਈ ਲਿਸਟਾਂ ਲੈਂਦਾ, ਕੋਈ ਖਰੀਦ ਕਰਦਾ, ਕੋਈ ਪੈਸੇ ਦਾ ਹਿਸਾਬ ਰੱਖਦਾ। ਤੋ ਬੱਚਿਓ, ਮੇਰਾ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਲਗਨ ਨਾਲ ਪੜ੍ਹਾਈ ਕਰੋ। ਜਦੋਂ ਤੁਸੀਂ ਪੜ੍ਹਦੇ ਹੋ ਤਾਂ ਇਹ ਨਾ ਸੋਚੋ ਕਿ ਕੁਛ ਹੋਰ ਪਾਸੇ ਹੋ ਰਿਹਾ। ਜਦੋਂ ਖੇਡਦੇ ਹੋ ਤਾਂ ਦੱਬ ਕੇ ਖੇਡੋ। ਪਰਮਾਤਮਾ ਦਾ ਨਾਂ ਜ਼ਰੂਰ ਯਾਦ ਕਰਿਆ ਕਰੋ। ਸਵੇਰੇ ਉੱਠ ਕੇ ਮਾਤਾ ਪਿਤਾ ਦੇ ਚਰਨ ਨੂੰ ਹੱਥ ਲਾਓ। ਸਕੂਲ ਆਉਂਦੇ ਹੋ, ਨਮਸਕਾਰ ਕਰੋ ਆਦਰ ਸਹਿਤ ਆਪਣੇ ਅਧਿਆਪਕਾਂ ਨੂੰ। ਘਰੋਂ ਆਸ਼ੀਰਵਾਦ ਮਿਲੇਗੀ ਮਾਂ ਬਾਪ ਤੋਂ, ਔਰ ਆਉਂਦਿਆਂ ਨੂੰ ਸਕੂਲੋਂ ਵੀ ਮਿਲ ਜਾਣੀ ਹੈ। ਦੋ ਥਾਂ ਤੋਂ ਜਦੋਂ ਆਸ਼ੀਰਵਾਦ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਮਿਲ ਗਈ, ਤੁਹਾਡੀ ਜ਼ਿੰਦਗੀ ਵਿੱਚ ਕਦੇ ਕੋਈ ਕਠਿਨਾਈ ਆਏਗੀ ਨਹੀਂ, ਤਰੱਕੀਆਂ ਕਰਦੇ ਚਲੇ। ਇੱਕ ਗਰੀਬ ਵਿਧਵਾ ਦਾ ਬੱਚਾ ਜਿਹੜਾ ਸਕੂਲ ਛੱਡ ਕੇ ਦੌੜ ਗਿਆ, ਗਲਤ ਸੰਗਤ 'ਚ ਪੈ ਗਿਆ। ਆਪਣੇ ਆਪ 'ਤੇ ਸੋਚੋ। ਸਵੇਰੇ ਉੱਠਦੇ ਹੋ, ਪਰਮਾਤਮਾ ਨੂੰ ਸਿਮਰਨ ਕਰੋ, ਉਹਦਾ ਨਾਂ ਲੈ ਕੇ ਉਹਨੂੰ ਕਹੋ ਵੀ ਉਹਨੂੰ ਚੰਗੇ ਰਸਤੇ ਲਾਈ, ਅੱਜ ਦਾ ਮੇਰਾ ਦਿਨ ਕੱਲ੍ਹ ਨਾਲੋਂ ਚੰਗਾ ਹੋ। ਔਰ ਜਦੋਂ ਸੌਂਦੇ ਹੋ, ਜਲਦੀ ਜਲਦੀ ਖਾ ਪੀ ਕੇ ਟੈਂਸ਼ਨ ਨਹੀਂ, ਟੀਵੀ ਨਹੀਂ, ਦੋ ਮਿੰਟ ਸੌਣ ਲੱਗੇ ਰਜਾਈ ਲੈਣ ਤੋਂ ਪਹਿਲਾਂ ਬੈਠ ਜਾਓ, ਵਿਚਾਰ ਕਰੋ ਕਿ ਅੱਜ ਦਾ ਜਿਹੜਾ ਮੇਰਾ ਦਿਨ ਚੜ੍ਹਿਆ ਸੀ, ਕੀ ਮੈਂ ਉਹਦੇ ਵਿੱਚ ਕੋਈ ਗਲਤੀ ਤਾਂ ਨਹੀਂ ਕੀਤੀ? ਮੈਂ ਆਪਣੇ ਕੰਮ ਵਿੱਚ ਜਾਂ ਵਿਹਾਰ ਵਿੱਚ, ਕੰਮ ਵਿੱਚ ਜਾਂ ਵਿਹਾਰ ਵਿੱਚ ਕੋਈ ਗਲਤੀ ਤਾਂ ਨਹੀਂ ਕੀਤੀ? ਇਸ ਗੱਲ ਨੂੰ ਸੋਚੋ, ਜੇ ਹੈ ਤਾਂ ਖੁਦ ਨੂੰ ਸੁਧਾਰੋ, ਖੁਦ ਨੂੰ ਸੁਧਾਰੋ। ਅੰਦਰੋਂ ਆਤਮਾ ਦੀ ਆਵਾਜ਼ ਆਉਂਦੀ ਹੈ ਜਦੋਂ ਆਪਾਂ ਗਲਤ ਕੰਮ ਕਰਦੇ ਹਾਂ ਨਾ, ਕੋਈ ਅੰਦਰੋਂ ਆਵਾਜ਼ ਆਉਂਦੀ ਹੈ, ਮਤ ਕਰ, ਮਤ ਕਰ, ਮਤ ਕਰ। ਜਦੋਂ ਚੰਗਾ ਕੰਮ ਹੁੰਦਾ ਉਦੋਂ ਸ਼ਾਬਾਸ਼ੀ ਮਿਲਦੀ ਹੈ ਅੰਦਰੋਂ। ਆਤਮਾ ਜਿਹੜੀ ਪਰਮਾਤਮਾ ਦੀ ਆਵਾਜ਼ ਹੁੰਦੀ ਹੈ। ਸ਼ੁਭ ਕੰਮ ਕਰਨ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ? ਸ਼ੁਭ ਕਰਮ ਤੇ ਕਭੂ ਨਾ ਟਰੋ। ਸ਼ੁਭ ਕੰਮ ਤੋਂ ਕਦੇ ਨਹੀਂ ਟਲਣਾ। ਤੁਹਾਡੇ ਜਿਹੜੀ ਆਤਮਾ ਹੈ, ਤੁਸੀਂ ਬੜੇ ਸੁਚੱਜੇ ਔਰ ਸ਼ੁੱਧ ਮਨ ਵਾਲੇ, ਅੰਤਾ ਕਰਨ ਵਾਲੇ ਬੱਚੇ ਹੋ। ਤੁਹਾਨੂੰ ਆਪੇ ਪਤਾ ਲੱਗਦਾ ਕੀ ਰਾਈਟ ਹੈ, ਕੀ ਰੋਂਗ ਹੈ, ਕੀ ਸੱਚ ਹੈ, ਕੀ ਝੂਠ ਹੈ, ਕਿ ਚੰਗਾ ਹੈ, ਕੋਈ ਮਾੜਾ ਹੈ। ਉਹਦਾ ਅੰਤਰ ਭੇਦ ਕਰਕੇ ਜਿਹੜਾ ਚੰਗਾ ਹੈ ਉਹਨੂੰ ਕਰਨ ਤੋਂ ਨਾ ਟਲੋ, ਦੇਰ ਨਾ ਲਓ। ਜਿਹੜਾ ਮਾੜਾ ਹੈ ਉਹਦੇ ਵੱਲ ਸੋਚੋ ਹੀ ਨਾ। ਸੰਗਤ ਅੱਛੀ ਰੱਖੋ, ਖਾਣ ਪਾਣ ਅੱਛਾ ਰੱਖੋ, ਸਾਦਾ ਰੱਖੋ, ਕਾਰ ਵਿਹਾਰ। ਮੈਂ ਪਿੱਛੇ ਜਾ ਕੇ ਜੂਨ ਵਿੱਚ ਕਸ਼ਮੀਰ ਬਾਰਾਮੂਲਾ, ਬਸ਼ੀਰ ਸਾਹਿਬ ਮੈਨੂੰ ਲੈ ਗਏ ਆਪਣੇ ਸਕੂਲ 'ਚ। ਮੈਂ ਕਿਹਾ ਚਲੋ ਮਿਲ ਕੇ ਆਉਂਦੇ ਬੱਚਿਆਂ ਨੂੰ, ਹਾਲਾਂਕਿ ਉੱਥੇ ਕੋਈ ਬੱਚਾ ਮੇਰਾ ਪੁਰਾਣਾ ਨਹੀਂ ਸੀ। ਮੈਨੂੰ ਤਾਂ 21 ਸਾਲ ਹੋ ਗਿਆ ਇਹਨੂੰ, 10ਵੀਂ ਦੇ ਬੱਚਿਆਂ ਨੂੰ, 9ਵੀਂ ਦੇ ਬੱਚਿਆਂ ਨੂੰ ਐਡਰੈਸ ਕੀਤਾ। ਤਾਂ ਉਹਨਾਂ ਨੂੰ ਇਹੀ ਕਿਹਾ, ਖੁਦ ਤੋਂ ਅੱਗੇ ਵਧੋ, ਐਕਸੈਲ ਯੂਅਰ ਸੈਲਫ, ਖੁਦ ਤੋਂ ਅੱਗੇ ਵਧੋ। ਫਿਰ ਸੋਚਦੇ ਆਪਾਂ ਵੀ ਖੁਦ ਤੋਂ ਕਿਵੇਂ ਅੱਗੇ ਵਧੀਏ।
ਦੌੜ ਵਿੱਚ ਤਾਂ ਦੂਸਰਿਆਂ ਤੋਂ ਅੱਗੇ ਵਧੀਦਾ, ਕੰਮ ਵਿੱਚ ਦੂਸਰਿਆਂ ਤੋਂ ਅੱਗੇ ਵਧੀਦਾ, ਉਦੋਂ ਤੋਂ ਕਿਵੇਂ? ਬੱਚਿਓ ਤੁਸੀਂ ਦੇਖ ਲਓ, ਹੁਣ ਹੋ ਗਏ ਤੁਹਾਨੂੰ ਆਇਆ ਨਿਊ ਸਕੂਲ 'ਚ 9 ਮਹੀਨੇ ਇਸ ਕਲਾਸ 'ਚ, ਤੁਸੀਂ ਪਿਛਲੇ ਮਹੀਨਿਆਂ 'ਚ ਜੋ ਜੋ ਪੜ੍ਹਾਈ ਵਿੱਚ ਅਚੀਵਮੈਂਟ ਕੀਤੀ ਉਹਨੂੰ ਐਕਸੈਲ ਕਰਨਾ, ਉਸ ਤੋਂ ਅੱਗੇ ਨਿਕਲਣਾ, ਦੂਸਰੇ ਤੋਂ ਛੋੜ ਦਿਓ, ਦੂਸਰੇ ਨੂੰ ਟੰਗ ਨਹੀਂ ਅੜਾਉਣੀ। ਹਾਂ ਇਹ ਰੀਸ ਜ਼ਰੂਰ ਹੋਵੇ ਕਿ ਉਹ ਮੇਰੇ 'ਤੇ ਅੱਗੇ ਚੱਲ ਰਿਹਾ ਅਤੇ ਉਹ ਕੀ ਕੀ ਫਰਕ ਹੋਣਾ, ਉਹਦਾ ਪਰਚਾ ਦੇਖੀਏ, ਉਹਦਾ ਕਾਰ ਵਿਹਾਰ ਦੇਖੀਏ, ਆਪਾਂ ਵੀ ਖੁਦ ਨੂੰ ਅੱਗੇ ਬੜਾਈਏ। ਜੇ ਅਸੀਂ ਕੋਈ ਵਿਹਾਰ 'ਚ ਵੀ ਕੋਈ ਗਲਤੀ ਕੀਤੀ ਹੈ, ਕਦੇ ਕਿਸੇ ਨੂੰ ਗਲਤ ਨਹੀਂ ਕੱਢ ਬੈਠੇ, ਅੱਜ ਝੂਠ ਤਾਂ ਨਹੀਂ ਬੋਲ ਬੈਠੇ, ਅੱਜ ਕੋਈ ਐਸਾ ਕੰਮ ਤਾਂ ਨਹੀਂ ਕੀਤਾ ਜਿਹਦੇ ਸਮਾਜ ਦਾ ਕਲਿਆਣ ਨਾ ਹੋਵੇ, ਤੁਹਾਡੀ ਆਪਣੀ ਆਤਮਾ ਵੀ ਦੁਖੀ ਹੋਏਗੀ, ਜਿਹਦੇ ਨਾਲ ਬੁਰਾ ਕਰੋਗੇ ਉਹਦੀ ਵੀ ਆਤਮਾ ਦੁਖੀ ਹੋਏਗੀ।